ਮਾਣੋ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਹੋਂਡਾ ਸਿਟੀ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 240 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ, ਜਿੱਥੋਂ ਪੁਲਿਸ ਨੇ ਕਾਰ ਚਾਲਕ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗੌਰਤਲਬ ਹੈ ਕਿ ਉਕਤ ਕਾਰ ਚਾਲਕ ਨੇ ਪੁਲਿਸ ਨੂੰ ਵੇਖ ਕੇ ਗੱਡੀ ਨੂੰ ਕਿਸੇ ਪਿੰਡ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦਰਖਤ ਨਾਲ ਜਾ ਟਕਰਾਈ ਅਤੇ ਪੁਲਿਸ ਪਾਰਟੀ ਨੇ ਸਾਰੇ ਦੋਸ਼ੀਆਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਕੱਲ ਮਿਤੀ 3 ਤਰੀਕ ਨੂੰ ਆਪਾਂ ਪਿੰਡ ਮਹੇਸ਼ਪੁਰਾ ਨਾਕਾਬੰਦੀ ਕੀਤੀ ਹੋਈ ਸੀ ਅਤੇ ਨਾਕਾ ਦੌਰਾਨ ਇੱਕ ਕਾਰ ਮਰਿੰਡਾ ਸਾਈਡ ਤੋਂ ਆਈ, ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ, ਜਿਸ 'ਤੇ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਹੌਲੀ ਕਰਕੇ ਪਿੰਡ ਮਹੇਸ਼ਪੁਰਾ ਸਾਈਡ ਨੂੰ ਭਜਾ ਲਈ ਅਤੇ ਗਾਹਾਂ ਜਾ ਕੇ ਉਹਦੀ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਨਾਲ ਟਕਰਾ ਕੇ ਖੇਤ ਦੇ ਵਿੱਚ ਉਤਰ ਗਈ। ਹਾਂਜੀ। ਅਤੇ ਜਦੋਂ ਅਸੀਂ ਕਾਰ ਨੂੰ ਜਾ ਕੇ ਚੈੱਕ ਕੀਤਾ ਅਤੇ ਕਾਰ ਦੇ ਵਿੱਚੋਂ 20 ਪੇਟੀਆਂ ਸ਼ਰਾਬ ਬਰਾਮਦ ਹੋਈ। ਇਹ ਜੀ ਹੌਲਦਾਰ ਪਿਆਰਾ ਸਿੰਘ ਨੇ ਆਪਣੇ ਮਹੇਸ਼ਪੁਰਾ ਨੂੰ ਮੇਨ ਜੀ ਟੀ ਰੋਡ ਦੇ ਉੱਤੇ ਮਹੇਸ਼ਪੁਰਾ ਟੀ ਪੁਆਇੰਟ ਦੇ ਉੱਤੇ ਨਾਕਾ ਲਗਾਇਆ ਹੋਇਆ ਸੀਗਾ। ਹਾਂਜੀ। ਅਤੇ ਵਕਤ ਕੋਈ 2:30 PM ਦਾ ਹੋਏਗਾ ਅਤੇ ਇਹਨਾਂ ਨੇ ਇੱਕ ਗੱਡੀ ਨੂੰ ਹੋਂਡਾ ਸਿਟੀ ਨੂੰ ਮਤਲਬ ਰੁਕਣ ਦਾ ਇਸ਼ਾਰਾ ਕੀਤਾ ਜੀ। ਉਹਨੇ ਰੁਕਣ ਦੀ ਬਜਾਏ ਮਹੇਸ਼ਪੁਰੇ ਨੂੰ ਜਿਹੜੀ ਹੈ ਮਹੇਸ਼ਪੁਰੇ ਸਾਈਡ ਨੂੰ ਜਿਹੜੀ ਗੱਡੀ ਭਜਾ ਲਈ। ਹਾਂਜੀ। ਭਜਾਉਣ ਤੋਂ ਬਾਅਦ ਉਹ ਅੱਗੇ ਜਾ ਕੇ ਉਸ ਤੋਂ ਕੰਟਰੋਲ ਨਹੀਂ ਹੋਈ, ਉਹ ਖੇਤਾਂ 'ਚ ਲੈ ਗਈ ਗੱਡੀ ਜੀ। ਅਤੇ ਜਿਸ 'ਤੇ ਇਹਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਅਤੇ ਉਹਦੀ ਗੱਡੀ ਦੀ ਸਰਚ ਕੀਤੀ, ਉਹਦੇ ਵਿੱਚੋਂ 20 ਪੇਟੀਆਂ ਜਿਹੜੀਆਂ ਹੈਗੀਆਂ ਨੈਨਾ ਪ੍ਰੀਮੀਅਮ ਜੋ ਕਿ ਸੇਲ ਇਨ ਚੰਡੀਗੜ੍ਹ ਹੁੰਦੀ ਆ, ਉਹਦੇ ਵਿੱਚੋਂ ਬਰਾਮਦ ਹੋਈ।